दोस्तों स्वागत है जी तुहाडा नवें ब्लॉग दे विच। हुण आपां पहुँच गए जी दिल्ली रेड फोर्ट दिखाउण जा रहे हां तुहानूं। हुण जिवें जिवें असीं घूमांगे नाल नाल तुहानूं सारे सैर करावांगे। आ जिवें कि तुसीं मेरे पिछे देख रहे हो रेड फोर्ट आ गया अपना नंबर 1 तों एंट्री है। हुण इह गेट नंबर वैसे तो 1 दी एंट्री है, इधर पिछे गेट नंबर 1 आ गया। ਜਿਵੇਂ ਤੁਹਾਨੂੰ ਦੱਸਿਆ ਸੀਗਾ ਸਾਨੂੰ ਗੇਟ ਨੰਬਰ 1 ਤੋਂ ਛੱਡ ਕੇ ਹੁਣ ਗੇਟ ਨੰਬਰ 2 ਤੋਂ ਐਂਟਰੀ ਖੋਲ੍ਹੀ ਹੋਈ ਹੈ ਇਹਨਾਂ ਨੇ ਕੋਈ ਪ੍ਰੋਗਰਾਮ ਕਰਕੇ। ਉਹ ਪ੍ਰੋਗਰਾਮ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਊਂਗਾ ਮੈਂ ਕੀ ਹੈ ਕੀ ਨਹੀਂ। ਉਹ ਗੇਟ ਨੰਬਰ 2 ਤੋਂ ਫਿਰ ਗੇਟ ਨੰਬਰ 1 ਤੱਕ ਉਹਦੇ ਤੁਰ ਕੇ ਆਉਣਾ ਪੈਂਦਾ। ਮੈਂ ਤਾਂ ਸਰਬ ਅਸੀਂ ਦੋਨੋਂ ਜਾਣੇ ਹੁਣ ਚੱਲੇ ਹਾਂ, ਬੈਗ ਸਾਡੇ ਮੋਢਿਆਂ 'ਤੇ ਨੇ। ਹੁਣ ਘੁੰਮ ਰਹੇ ਹਾਂ ਅਸੀਂ ਰੈੱਡ ਫੋਰਟ, ਅੱਜ ਤੁਹਾਨੂੰ ਵੀ ਘੁਮਾਉਂਦੇ ਹਾਂ ਜੀ। ਆਪਾਂ ਲਾਲ ਕਿਲੇ 'ਚ ਹੁਣ ਐਂਟਰ ਕਰ ਰਹੇ ਹਾਂ ਜੀ ਉਰੇ, ਬਾਕੀ ਤੁਹਾਨੂੰ ਦਿਖਾਉਣਾ ਨਾਲ ਨਾਲ ਕੀ ਆ ਕੀ ਨਹੀਂ। ਆਹ ਗੇਟ ਨੰਬਰ 2 'ਤੇ ਐਂਟਰੀ ਕਰਦੇ ਆ ਸਾਰੇ। ਇੱਧਰ ਮੈਨੂੰ ਲੱਗਦਾ ਕੋਈ ਮਸਜਿਦ ਬਣੀ ਹੋਈ ਹੈ ਸ਼ਾਇਦ, ਇਹ ਬਹੁਤ ਸੋਹਣੀ ਆ, ਪੁਰਾਣਾ ਆਰਕੀਟੈਕਟ ਆ। ਇੱਧਰ ਆ ਪਾਰਕਿੰਗ, ਇੱਧਰ ਲਾਲ ਕਿਲੇ ਦੀ ਸਾਰੀ। ਹਾਂ ਇੱਧਰ ਤੁਰੇ ਜਾ ਰਹੇ ਹਾਂ ਆਪਾਂ ਐਂਟਰੀ ਵੱਲ ਨੂੰ। ਆ ਜਿਵੇਂ ਕਿ ਤੁਸੀਂ ਹੁਣ ਦੇਖ ਰਹੇ ਹੋ ਬਾਹਲਾ ਰਸ਼ ਆ, ਬਹੁਤ ਜ਼ਿਆਦਾ ਨਜਾਇਜ਼ ਰਸ਼ ਉਰੇ। ਐਂ ਲੱਗਦਾ ਵੀ ਜਿਵੇਂ ਦੁਨੀਆ ਸਾਰੀ ਇੱਥੇ ਤੁਰੀ ਫਿਰਦੀ ਆ। ਤੁਹਾਨੂੰ ਮੈਂ ਥੋੜ੍ਹਾ ਜਿਹਾ ਐਂਗਲ ਦੂਰ ਤੋਂ ਲੈ ਕੇ ਦਿਖਾਉਣਾ ਇਹ 'ਚ। ਆਹ ਐਂਟਰੈਂਸ ਆ ਗਈ ਜੀ ਇੱਧਰ ਲਾਲ ਕਿਲੇ ਦੀ। ਇੱਧਰ ਆ ਟਿਕਟਾਂ ਮਿਲਦੀਆਂ ਨੇ ਉਰੇ ਆਪਾਂ ਨੂੰ, ਲਾਈਨ ਤਾਂ ਬਹੁਤ ਲੰਬੀ ਲੱਗੀ ਹੋਈ ਟਿਕਟਾਂ ਵਾਲੀ। ਬਾਕੀ ਇੱਧਰ ਆ ਬਾਰਕੋਡ ਲੱਗਿਆ ਹੋਇਆ ਜਿੱਥੇ ਆ ਰਸ਼ ਆ। ਆ ਜਾਓ ਦੋਸਤੋ ਹੁਣ ਕਰਾਈਏ ਤੁਹਾਨੂੰ ਲਾਲ ਕਿਲੇ ਦੀ ਸੈਰ, ਆ ਜਾਓ ਮੇਰੇ ਨਾਲ ਨਾਲ। ਟਿਕਟਾਂ ਤਾਂ ਅਸੀਂ ਇੱਧਰੋਂ ਕਰਾ ਲਈਆਂ, ਲਾਈਨ ਤਾਂ ਬਹੁਤ ਲੰਬੀ ਸੀਗੀ। ਉੱਧਰੋਂ ਬਾਰਕੋਡ ਬਣਿਆ ਹੋਇਆ ਸੀ, ਉਹ ਬਾਰਕੋਡ 'ਤੇ ਸਕੈਨ ਕਰਕੇ ਨਾ ਇਹਨਾਂ ਦੀ ਵੈਬਸਾਈਟ ਆਉਂਦੀ ਆ ਆਪਣੀ ਲਾਲ ਕਿਲੇ ਵਾਲਿਆਂ ਦੀ, ਉਹਦੇ ਵਿੱਚ ਤਾਜ ਮਹਿਲ ਦੀ ਵਗੈਰਾ ਵੀ ਹੋ ਜਾਂਦੀਆਂ ਨੇ ਫੋਟੋਆਂ ਹੀ ਦਿਮਾਗ 'ਚ ਆਈ ਜਾਂਦੀਆਂ ਨੇ ਮੇਰੇ। ਟਿਕਟਸ ਆਪਣੀਆਂ ਜੇ ਕਰਾਉਣੀਆਂ ਹੋਣ ਹੁਣ ਇਹਦੇ ਵਿੱਚ ਪਲੱਸ ਮਿਊਜ਼ੀਅਮ ਪਲੱਸ ਰੈੱਡ ਫੋਰਟ, ਅਤੇ 21 ਰੁਪਏ ਮੈਨੂੰ ਲੱਗਦਾ ਸ਼ਾਇਦ ਉਹਦੀ ਹੈ ਰੈੱਡ ਫੋਰਟ ਦੀ ਟਿਕਟ, 35 ਰੁਪਏ ਮਿਊਜ਼ੀਅਮ ਦੀ। ਦੋਨੋਂ ਟਿਕਟਸ ਕਰਾਈਆਂ ਨੇ ਅਸੀਂ, 112 ਰੁਪਏ ਲੱਗੇ ਨੇ ਸਾਡੇ। ਆ ਲਾਲ ਕਿਲਾ ਜਿੱਥੇ ਰੌਲਾ ਪਿਆ ਸੀ ਕਿਸਾਨ ਧਰਨੇ ਵੇਲੇ ਆਪਣੇ, ਅਤੇ ਝੰਡਾ ਚਾੜਤਾ ਇਹਨਾਂ ਨੇ। ਆਹ ਔਰ ਇੱਥੇ ਛਾਲਾ ਮਾਰ ਕੇ ਦੀਗੇ ਅੰਦਰ ਪੁਲਿਸ ਵਾਲੇ। ਅਸਲ ਮੈਂ ਪੁਰਾਣੇ ਨਾ ਰਾਜੇ ਮਹਾਰਾਜਿਆਂ ਵੇਲੇ ਆਹ ਔਰ ਇਹਦੇ ਵਿੱਚ ਜਿਵੇਂ ਗਰਮ ਪਾਣੀ ਜਾਂ ਕੋਈ ਤੇਜ਼ਾਬ ਐਂ ਪਾ ਕੇ ਰੱਖ ਦਿੱਤੀ ਵੀ ਦੁਸ਼ਮਣ ਛੇਤੀ ਕੰਧ ਦੇ ਨਾ ਚੜ੍ਹ ਸਕੇ। ਉਹ ਉੱਪਰ ਜਿਹੜੇ ਪੰਤਾਲੇ ਜਿਹੇ ਬਣਾਏ ਹੋਏ ਨੇ ਇਹਨਾਂ ਦੇ ਗਲੀਆਂ ਰੱਖੀਆਂ ਹੋਈਆਂ ਨੇ, ਉਹ ਤਾਂ ਹੀ ਨੇ ਉੱਪਰ ਜਿਵੇਂ ਗਰਮ ਤੇਲ ਜਾਂ ਕੋਈ ਤੇਜ਼ਾਬ ਪਾਣੀ ਪਾਉਣ ਨੂੰ ਵੀ ਜੇ ਕੋਈ ਦੁਸ਼ਮਣ ਉੱਪਰ ਚੜ੍ਹਦਾ ਉਹਨੂੰ ਫੂਕਣ ਵਾਸਤੇ। ਬਹੁਤ ਸੋਹਣੀ ਚੀਜ਼ ਬਣੀ ਹੋਈ ਆ, ਬਹੁਤ ਸੋਹਣੀ ਕਲਾਕ੍ਰਿਤੀ ਕੀਤੀ ਹੋਈ ਹੋ ਰਹੀ ਇਹਨਾਂ ਨੇ। ਆ ਇੱਧਰ ਗਰਾਊਂਡ ਆ ਗਿਆ ਇਹਨਾਂ ਦਾ, ਇਹ ਗਰਾਊਂਡ ਮੈਨੂੰ ਲੱਗਦਾ ਸ਼ਾਇਦ ਉਹੀ ਆ ਜਿੱਥੇ ਮੋਦੀ ਭਾਸ਼ਣ ਦਿੰਦਾ ਹੁੰਦਾ ਆਪਣਾ, ਜਿੱਥੇ ਉਹ ਖੜ ਕੇ ਭਾਸ਼ਣ ਦਿੰਦਾ। ਉਹ ਜਗ੍ਹਾ ਵੀ ਤੁਹਾਨੂੰ ਦਿਖਾਉਣੇ ਆ ਅੱਗੇ ਵੀ ਕਿੱਥੇ ਖੜ੍ਹਦੇ ਕਿੱਥੇ ਨਹੀਂ, ਉਹ ਬੁਲਟ ਪਰੂਫ ਬਣਿਆ ਹੁੰਦਾ ਪੂਰਾ ਉਹ। ਹੁਣ ਤਾਂ ਨਹੀਂ ਹੋਣਾ, ਜਦੋਂ ਮਤਲਬ ਜਿਵੇਂ ਹੁਣ 15 ਅਗਸਤ ਵੇਲੇ ਆਉਣਗੇ ਉਦੋਂ ਲਾਉਂਦੇ ਨੇ ਫਿਰ ਉਹ। ਹੁਣ ਜਿੱਧਰ ਨੂੰ ਜਾ ਰਹੇ ਹਾਂ ਇੱਧਰੋਂ ਗੇਟ ਨੰਬਰ 1 ਤੋਂ ਵਾਪਸ ਆਏ ਹਾਂ ਅਸੀਂ ਗੇਟ ਨੰਬਰ 2 'ਤੇ, ਹੁਣ 2 ਤੋਂ ਐਂਟਰੀ ਕਰਾ ਕੇ ਫਿਰ 1 ਵੱਲ ਜਾ ਰਹੇ ਹਾਂ। ਜਿਵੇਂ ਕਿ ਹੁਣ ਸਰਬ ਨੇ ਦੱਸਿਆ ਵੀ ਕੋਈ ਸਰਕਾਰੀ ਫੰਕਸ਼ਨ ਆ ਨਾ ਇੱਧਰ ਮੈਨੂੰ ਲੱਗਦਾ, ਉੱਧਰ ਤਿਆਰੀਆਂ ਵੀ ਕਰੀ ਜਾਂਦੇ ਨੇ ਜੇ ਹੋ ਸਕਿਆ ਸ਼ਾਇਦ ਪੋਸੀਬਲ। ਤੁਹਾਨੂੰ ਦਿਖਾਓ ਜਿਹੜਾ ਆਹ ਗਰਾਊਂਡ ਆ ਨਾ ਇੱਧਰ ਆਹ ਪਿੱਛੇ, ਇਹਦੇ ਵਿੱਚ ਕੋਈ ਫੰਕਸ਼ਨ ਆ ਉਰੇ, ਇੱਥੇ ਮੈਨੂੰ ਲੱਗਦਾ ਵੀ ਤਿਆਰੀਆਂ ਹੋ ਰਹੀਆਂ ਨੇ। ਬਾਕੀ ਮੈਂ ਜਿਵੇਂ ਹੁਣ ਤੁਰਦਾ ਤੁਰਦਾ ਵੀਡੀਓ ਬਣਾ ਰਿਹਾ ਥੋੜ੍ਹੀ ਜਿਹੀ ਸ਼ੇਕ ਵੀ ਕਰ ਰਹੀ ਆ, ਆਪਣੇ ਥੋੜ੍ਹੇ ਜਿਹੇ ਵਲੌਗ ਚੱਲ ਪੈਣ, ਫਿਰ ਆਪਾਂ ਗਿੰਬਲ ਵੀ ਲੈ ਜਾਵਾਂਗੇ, ਗਿੰਬਲ ਦੇ ਨਾਲ ਬਣਾਇਆ ਕਰਾਂਗੇ। ਜਿਨ੍ਹਾਂ ਨੇ ਹੁਣ ਮਿਊਜ਼ੀਅਮ ਦੇ ਵਿੱਚ ਆਪਾਂ ਨੂੰ ਫੋਨ ਅਲਾਊਡ ਕਰਤਾ ਵੀਡੀਓ ਬਣਾਉਣਾ, ਤਾਂ ਮਿਊਜ਼ੀਅਮ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲੂ ਮੈਂ, ਉੱਥੇ ਬਣਾਉਂਗਾ ਵੀਡੀਓ। ਦੇਖਣ ਵਾਲੀ ਚੀਜ਼ ਆ ਉਹ ਵੀ, ਬਹੁਤ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਪਈਆਂ ਨੇ ਉੱਥੇ।
आओ रे तैयारियां हो रही हैं दोस्तों। इतने मैं थोड़ा कहना सी ना भी कोई फंक्शन आ जिद करके गेट नंबर एक बंद किया हो लवे करके भी दिखा थोड़ा जहाँ कि चक्कर भी ना पा लेना। आ तैयारियां हो रही हैं आ सरब कहती चिट्टी टोपी वाला बंदा साढ़े बनी अर्गा लगता गोलू मोलू ही वो भी साढ़ा बनी है जमी गोलू मोलू ही अंदर हो इन्हों देख के वो याद आने लग गया मैनू अगे ना तो ऐ हो रहा भी उन्होंने मिल के आवा भज के अला घोगड़ू जहा सेम हाँ सेम लग रहे वो हाँ आ गया जी लाल किले का फ्रंट आ जोड़ा इधरों वो देखो जनता ही जनता फिर दी उरे करा ब्लॉग चल पैना फिर थोड़े जगह जाके ना अपना ब्लॉग हिंदी च बनाया करा तो जोड़े अपने वीर भरा ने सारे हिमाचल वाले दिल्ली वाले बॉम्बे वाले सारे देख सकन जी जी अज मैं हम इतने भी आया पुछते कहते भैया तुम ब्लॉगर हो मां जी हाले तो हाले काम शुरू ही किया थोड़ा थोड़ा कोई बाला है नहीं अपना एडा एक टेंपू वाले भाइयों का बड़ा डर लगता भी इन्ना खतरनाक टेंपू चला ना बस भी तसली करा आते हैं जमी फिर ए लगता हों मारे इन्होंने किसी ना किसी इतने मैं पॉज करता पॉज करके थोड़ा फ्रंट आ फ्रंट आ गया दोस्तों अपना लाल किले का वो देखो जिते वो मिलटरी वाला बंदा खड़ा उपर उत्थे मैंने लगता मोदी साहब ने भाषण देना है मैंने लगता 15 अगस्त की तैयारियां हो रही ने वो देखो मिलटरी वाला ताही खड़ा उत्थे ये सारा इधर फ्रंट आ गया अपने रेड फोर्ट का लाइन लगी हुई है जी सारी और टोटली लाइन है उधर की एंट्री होगी फिर अपनी हूँ चलो देखते हैं लाइन तो लगे हुए एंट्री करके देखते हैं फिर मित्रों हूँ बैग जमा कराते आप पहले अभी बैग नाले ले आए थे उत्थे टिकटां दिखा के उधर चैकिंग करते हैं मेन एंट्रेंस से कहते बैग जमा करा के उधर पर नीचे पौड़ियां लवे बने एक स्टोर रूम जहाँ उत्थे बैग जमा करते हैं पर्ची दे देंगे अपन तो जोड़ा मेरा वीर आऊगा मित्र बैग बूग नाल लैके वह पहले ही नीचे जमा करा दो जिते टिकट देख के एंट्री करवाए ना वो नाल बनया हुआ उत्थे बस एंट्री जमा करा दो पैसा पूसा कोई नहीं लेंगे वो फ्री आ फिर जब आप पुछते हो कहते आपकी मर्जी ना दे दो जिन्हें देने ने वो कोई 10 देता कोई 20 देता मनो उपरों बनी जाते उन्होंने आ लाल किले की एंट्री आ गई अपनी आ तोप रखी हुई है इन्होंने चल दी तो होनी नहीं डेमो रखी हुई है मूँह बंद किया हो तो बाकी अगर थोड़ा एंट्री दिखा बाज़ार भी बहुत वाइया बनया हुआ है लाल किले का छोटा जहा बाज़ार है जिन्होंने मीना बाज़ार कहें आई थिंक पुराना वो वैसे गाइडलाइन में भी कहते हैं भी जो किसी ने गाइड लेना वो गाइड तो ऐसा थोड़ी चीज़ा होंगे नहीं समझ आते हैं पर जो आप उही चीज़ा अपनी यूट्यूब के उपर जहाँ थोड़ा जहा पढ़ के आईए तो आप गाइडलाइन की लड़ नहीं पैंती वो सारिया चीज़ा अपन पता होनी चाहिए ने नहीं हाले उही पैसे ठगी जाते और मार्केट बनी हुई है और इनू मीना बाज़ार कहते हैं ये जो पहला मुगलों के वेले उदों राज हों मुगलों का ये उदों भी बाज़ार ही लगता सीगा हूँ इन दुकाना ने इन्हों का रेंट गौरमेंट को पे करते हैं गौरमेंट को पे करके ये दुकाना चला
ਇਹ ਮੰਨ ਕੇ ਚੱਲੋ ਵੀ ਪੂਰਾ ਜਿਵੇਂ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਰਾ ਇੱਕ ਤਰ੍ਹਾਂ ਦਾ ਇੰਡੀਆ ਦਾ ਜਿੰਨਾ ਵੀ ਉਰੇ ਵਧੀਆ ਸਮਾਨ ਬਣਦਾ ਜਿਹੜਾ ਸਟੇਟ ਦੇ ਵਿੱਚ ਜਿਹੜੀ ਚੀਜ਼ ਮਸ਼ਹੂਰ ਆ ਉਹ ਇੱਥੇ ਦੇਖਣ ਨੂੰ ਮਿਲੂਗੀ ਆਪਾਂ ਨੂੰ। ਆਹ ਬਾਈ ਲਵੇ ਸ਼ਾਲ ਰੱਖੇ ਹੋਏ ਨੇ ਇੱਧਰ, ਰੇਟ ਇਹਨਾਂ ਦੇ ਫਿਕਸ ਲਾਏ ਹੋਏ ਨੇ ਮੈਨੂੰ ਲੱਗਦਾ, ਬਾਕੀ ਤਾਂ ਬਾਰਗੇਨਿੰਗ ਕਰਕੇ ਉਹ ਹੋ ਜੂਗਾ। ਬਾਕੀ ਘੱਟ ਵੱਧ ਤਾਂ ਐਂ ਵੀ ਲੇਡੀਜ਼ ਕਰ ਸਕਦੇ ਨੇ, ਆਪਾਂ ਨੂੰ ਇੰਨਾ ਕਿੱਥੇ ਉਹ ਹੁੰਦਾ। ਅੰਕਲ ਜੀ ਬੈਠੇ ਨੇ, ਅੰਕਲ ਕਿੰਨੇ ਸਾਲ ਹੋ ਗਏ ਜੀ ਉਰੇ ਬੈਠੇ ਨੂੰ, ਕਿੰਨੇ ਸਾਲ ਹੋ ਗਏ ਜੀ, ਕਿਤਨੇ ਸਾਲ ਹੋ ਗਏ ਯਹਾਂ ਪੇ? ਹਾਂਜੀ 20-22 ਸਾਲ ਤੋਂ ਅੰਕਲ ਇੱਥੇ ਹੀ ਦੁਕਾਨ ਲਾਉਂਦੇ ਨੇ। ਬਾਕੀ ਅੱਗੇ ਵੀ ਨੇ ਦੁਕਾਨਾਂ, ਉਹ ਵੀ ਤੁਹਾਨੂੰ ਦਿਖਾਉਣੇ ਆ। ਆਹ ਚੀਜ਼ ਬੜੀ ਘੈਂਟ ਲੱਗੀ ਮੈਨੂੰ, ਇਹ ਆਪਣਾ ਜਿਹੜਾ ਸ਼ੇਰ ਦੇ ਮੂੰਹ ਜਿਹੇ ਬਣੇ ਹੁੰਦੇ ਨੇ ਚਾਰ ਲੋਗੋ ਆਪਣਾ ਗਵਰਨਮੈਂਟ ਆਫ ਇੰਡੀਆ ਦਾ। ਆਹ ਸਰ ਪੱਧਰ ਆ ਦੇਖੀ ਜਾਂਦੀ ਆ ਬ੍ਰੈਸਲੇਟ ਜੀ, ਬਹੁਤ ਜ਼ਿਆਦਾ ਮਹਿੰਗੇ ਆ। ਸਮਾਨ ਵੀ ਮਿੱਤਰ ਹੋ ਰਿਹਾ ਆ ਵੀ ਸਮਾਨ ਤਾਂ ਹੈਗਾ ਵਧੀਆ ਦੇਖਣ ਨੂੰ ਪਰ ਮਹਿੰਗਾ ਬਹੁਤ ਆ। ਆਹ ਪਰਸ ਨੇ ਇੱਧਰ, ਤੁਹਾਨੂੰ ਥੋੜ੍ਹਾ ਥੋੜ੍ਹਾ ਵਿਊ ਦਿੰਦੇ ਜਾਂਦੇ ਇੱਧਰ, ਜ਼ਿਆਦਾ ਨਹੀਂ ਉਹ ਕਰਦੇ ਹੈਗੇ। ਆ ਟੋਇਜ਼ ਆ ਗਏ ਬੱਚਿਆਂ ਦੇ, ਆ ਇੱਧਰ ਆ ਥੋੜ੍ਹਾ ਜਿਹਾ ਗਹਿਣੇ ਗੁਹਣੇ ਆ ਗਏ ਨਕਲੀ ਆਪਣੇ। ਉੱਧਰ ਵੀ ਸੇਮ ਆ, ਉੱਧਰ ਵੀ ਗਹਿਣੇ ਬੱਸਾਂ ਪਰਸ ਵਗੈਰਾ ਕੈਪਸ ਵਗੈਰਾ ਮਿਲਦੀਆਂ ਨੇ। ਪਰਸ ਨੇ ਥੋੜ੍ਹਾ ਜਿਹਾ ਮੈਂ ਪੌਜ਼ ਕਰਤਾ ਸੀਗਾ। ਆਹ ਦੇਖੋ ਉਰੇ ਇਹ ਸਾਰੀ ਪੁਰਾਣੀ ਚਿੱਤਰਕਾਰੀ ਹੋਈ ਹੋਈ ਆ ਉਰੇ, ਹੁਣ ਅੱਜ ਕੱਲ੍ਹ ਹਜੇ ਕੁਛ ਦੇਖਣ ਨੂੰ ਨਹੀਂ ਨਾ ਮਿਲਦਾ ਹੈਗਾ। ਉਹ ਦੇਖੋ ਕਿੰਨੇ ਸੋਹਣੇ ਪੇਂਟਿੰਗਸ ਬਣੀਆਂ ਹੋਈਆਂ ਉਹ ਦੀਵਾਰਾਂ ਦੇ ਉੱਪਰ, ਛੱਤ ਦੇ ਉੱਪਰ ਸਾਰੀਆਂ। ਉੱਧਰੋਂ ਆਏ ਸੀਗੇ ਆਪਾਂ, ਆਹ ਦੇਖੋ ਸਾਰੀ ਮਾਰਕੀਟ ਆ। ਆਲੇ ਦੁਆਲੇ ਸਾਰਾ ਬਾਜ਼ਾਰ ਆ ਵੀ ਤੁਸੀਂ ਦੇਖਦੇ ਜਾਓ ਹੁਣ।
ਲੱਕੜ ਦੇ ਬਣੇ ਹੋਏ ਨੇ ਸਾਰੇ, ਬਹੁਤ ਸੋਹਣੇ ਨੇ ਬੁੱਧਾ ਜੀ ਦੀ ਮੂਰਤੀ, ਆਹ ਵੀ ਪੇਂਟਿੰਗਸ ਬਣੀਆਂ ਹੋਈਆਂ ਨੇ। ਇਹ ਮੈਨੂੰ ਲੱਗਦਾ ਪੁਰਾਣੀਆਂ ਪੇਂਟਿੰਗਸ ਨੇ, ਆਹ ਪੁਰਾਣੀਆਂ ਨੇ ਅੰਕਲ, ਇਹ ਪੁਰਾਣੀਆਂ ਰਾਜੇ ਮਹਾਰਾਜੇ ਦੇ ਸਮੇਂ ਦੀ ਪੇਂਟਿੰਗਸ ਨੇ। ਆਹ ਦੇਖੋ ਪ੍ਰੋਡੂ ਦੇ ਨਾਲ ਨਾ ਲਿਖਿਆ ਵੀ ਹੋਇਆ ਸਾਰਾ ਇਹਨਾਂ ਦਾ। ਸਾਰੀਆਂ ਪੁਰਾਣੀਆਂ ਨੇ ਪੇਂਟਿੰਗ ਦੇ। ਆਹ ਗਹਿਣਿਆਂ ਦੀ ਦੁਕਾਨ, ਆਹ ਬਾਈ ਦੀ ਦੁਕਾਨ ਆ, ਤੇ ਹੁਣ ਬਾਈ ਨਾਲ ਦੇਖਦੇ ਹਾਂ ਜੇ ਰੇਟ ਰੂਟ ਬਣਿਆ। ਪੰਜਾਹ ਦੇ ਅੱਛਾ, ਜਿਹੜਾ ਮਰਜ਼ੀ ਲੈ ਲਈ, ਸਾਰੇ ਪੰਜਾਹ ਦੇ ਨੇ। ਫਿਰ ਤਾਂ ਠੀਕ ਹੈ, ਪੰਜਾਹ ਰੁਪਏ ਦਾ ਜਾਇਜ਼ ਆ ਰੇਟ ਇਹਨਾਂ ਦਾ, ਪਿੱਛੇ ਮਹਿੰਗੇ ਲਾਈ ਜਾਂਦੇ ਨੇ। ਹੁਣ ਦੇਖਦੇ ਹਰਬ ਨੂੰ ਕਿਹੜਾ ਪਸੰਦ ਆਉਂਦਾ। ਆਹ ਠੀਕ ਆ ਨਾ, ਬਾਕੀ ਤੁਹਾਨੂੰ ਅੱਗੇ ਦਿਖਾਉਣੇ, ਚਲੋ ਮਿਲਦੇ ਹਾਂ ਅੱਗੇ। ਆਹ ਸਰਬ ਨੇ ਥੋੜ੍ਹੀ ਸ਼ੋਪਿੰਗ ਕਰ ਲਈ ਜੀ ਉਰੇ, ਹੁਣ ਉਸ ਤੋਂ ਬਾਅਦ ਅੱਗੇ ਚੱਲੇ ਹਾਂ। ਹੁਣ ਇੱਕ ਵਾਰ ਵਿਊ ਦੇਦਾ ਮਾੜਾ ਜਿਹਾ ਸਾਰਾ ਇੱਧਰ ਵਾਲੇ ਦੁਆਲੇ, ਐਂ ਜੇ ਵਲੋਗ ਕਾਫੀ ਲੰਬਾ ਹੋ ਗਿਆ, ਤੁਸੀਂ ਫਿਰ ਅੱਗੇ ਸਕਿੱਪ ਕਰ ਕਰਕੇ ਦੇਖੋਗੇ, ਤੁਹਾਨੂੰ ਵੀ ਨਹੀਂ ਵਧੀਆ ਲੱਗਣਾ। ਹੁਣ ਇੱਥੇ ਮੈਂ ਪੌਜ਼ ਕਰ ਰਿਹਾ, ਉਹ ਗੇਟ 'ਤੇ ਜਾ ਕੇ ਨਾ ਸਾਹਮਣੇ, ਉੱਥੇ ਜਾ ਕੇ ਸ਼ੁਰੂ ਕਰਦੇ ਹਾਂ ਫਿਰ ਆਪਾਂ। ਉਹ ਸਾਹਮਣੇ ਜਾਣ ਤੋਂ ਪਹਿਲਾਂ ਤੁਹਾਨੂੰ ਆਹ ਦਿਖਾਉਣਾ ਥੋੜ੍ਹਾ ਜਿਹਾ, ਨੌਬਤ ਖਾਨਾ ਦੀਵਾਨੇ ਆਮ, ਇੱਧਰ ਆ ਮਿਊਜ਼ੀਅਮ ਆ ਗਿਆ ਸਲੀਮਗੜ੍ਹ। ਅਤੇ ਹੁਣ ਐਂ ਦੇਖਦੇ ਹਾਂ, ਪਹਿਲਾਂ ਤੁਹਾਨੂੰ ਮਿਊਜ਼ੀਅਮ ਦਿਖਾਉਂਦੇ ਹਾਂ ਜਾਂ ਪਹਿਲਾਂ ਆਪਾਂ ਅੱਗੇ ਜਾਂਦੇ ਹਾਂ ਕਿਰਾਣਾ ਦਾ ਕਨਫਰਮ ਕਰਦੇ ਹਾਂ ਉਰੇ। ਇਹ ਹੁਣ ਆਪਾਂ ਮਿਊਜ਼ੀਅਮ ਵੱਲ ਨੂੰ ਜਾ ਰਹੇ ਹਾਂ ਜੀ। ਬਾਈ ਨੂੰ ਪੁੱਛਿਆ ਸੀਗਾ ਉੱਥੇ ਜਿਹੜਾ ਸਿਕਿਉਰਿਟੀ ਗਾਰਡ ਆ ਉਰੇ, ਉਹ ਕਹਿੰਦਾ ਮੈਂ ਅੱਗੇ ਜਾ ਕੇ ਲੈਫਟ ਹੋ ਜਿਓ। ਹੁਣ ਮਿਊਜ਼ੀਅਮ 'ਚ ਜਾਂਦੇ ਹਾਂ ਆਪਾਂ, ਮਿਊਜ਼ੀਅਮ 'ਚ ਜਾ ਕੇ ਦੇਖਦੇ ਹਾਂ ਉੱਥੇ ਕੀ ਚੀਜ਼ਾਂ ਰੱਖੀਆਂ ਨੇ ਕੀ ਨਹੀਂ। ਚੀਜ਼ਾਂ ਬਹੁਤ ਸੋਹਣੀਆਂ ਨੇ ਕਹਿੰਦੇ ਉੱਥੇ, ਬਹੁਤ ਪੁਰਾਣੀਆਂ ਚੀਜ਼ਾਂ ਪਈਆਂ ਨੇ। ਆਹ ਇੱਧਰੋਂ ਮੇਨ ਐਂਟਰੈਂਸ ਆ ਰੈੱਡ ਫੋਰਟ ਦੀ ਪਿੱਛੋਂ, ਇਹ ਬਾਅਦ 'ਚੋਂ ਦੇਖਦੇ ਹਾਂ। ਉਹ ਪਹਿਲਾਂ ਮਿਊਜ਼ੀਅਮ 'ਚ ਜਾ ਕੇ ਆਉਣੇ ਆਪਾਂ ਇੱਧਰ। ਹੁਣ ਮੈਂ ਇੱਥੇ ਪੌਜ਼ ਕਰਦਾ, ਫਿਰ ਮਿਊਜ਼ੀਅਮ 'ਚ ਮਿਲਦੇ ਹਾਂ ਆਪਾਂ। ਆਹ ਮਿਊਜ਼ੀਅਮ 'ਤੇ ਆਪਾਂ ਐਂਟਰ ਕਰ ਗਏ ਮਿੱਤਰੋ, ਹੁਣ ਮਿਊਜ਼ੀਅਮ ਦੇ ਵਿੱਚ ਬਾਹਲਾ ਬੋਲਣਾ ਤਾਂ ਹੈ ਨਹੀਂ ਉਰੇ ਆਪਾਂ, ਉਦੋਂ ਮਾਈਨ ਦਿਖਾਉਣਾ ਉਰੇ। ਸ਼ੋਰ ਬਾਹਲਾ ਹੋ ਗਿਆ, ਅਹਿਮਦ ਸ਼ਾਹ ਅਬਦਾਲੀ ਦਾ ਬਣਿਆ ਹੋਇਆ ਉਰੇ, ਬੇਗਮ ਹਜ਼ਰਤ ਮਹਿਲ, ਰਾਣੀ ਲਕਸ਼ਮੀ ਹੋਏ, ਜਿੰਨੀਆਂ ਲੜਾਈਆਂ ਹੋਈਆਂ ਜਾਂ ਕਿਲੇ ਬਣੇ ਹੋਏ ਨੇ ਸਾਰੀਆਂ ਯਾਦਾਂ ਉਰੇ ਫੋਟੋ ਦੇ ਵਿੱਚ ਰੱਖੇ ਹੋਏ ਨੇ ਇਹਨਾਂ ਨੇ। ਉਧਰੇ ਬਹਾਦਰ ਸ਼ਾਹ ਜ਼ਫਰ, ਨਾਨਾ ਸਾਹਿਬ ਭਾਰਤ ਦੀ ਸੁਤੰਤਰਤਾ ਦੇ ਪ੍ਰਥਮ ਸੰਗਰਾਮ, ਨੈਕਸਟ ਅੱਗੇ ਜਾ ਰਿਹਾ ਉਹਦੇ ਵਿੱਚ ਰੂਮ 'ਚ, ਇੱਥੇ ਦੇਖਦੇ ਹਾਂ ਇੱਥੇ ਕੀ ਬਣਿਆ ਹੋਇਆ। ਜਿਹੜੇ ਯੁੱਧ ਹੋਏ ਸੀਗੇ ਸਮੁੰਦਰੀ ਉਹਨਾਂ ਦੀ ਫੋਟੋ ਨੇ, ਆਹ ਥੱਲੇ ਮੈਪ ਬਣਿਆ ਹੋਇਆ ਵੀ ਕਿਹੜੇ ਰੂਟ 'ਤੇ ਆਏ ਜੀ, ਕਿਹੜੇ ਰੂਟ 'ਤੇ ਗਏ ਜੀ, ਕਿੱਧਰੋਂ ਕਿਵੇਂ ਸਿਸਟਮ ਆ ਕੀ ਨਹੀਂ, ਆ ਤੁਸੀਂ ਪੜ੍ਹ ਵੀ ਸਕਦੇ ਹੋ। ਆਹ ਉੱਪਰ ਹਿੰਦੀ ਦੇ ਵਿੱਚ ਲਿਖਿਆ ਹੋਇਆ, ਤੁਸੀਂ ਪੌਜ਼ ਕਰਕੇ ਦੇਖ ਲਿਓ। ਬਾਦਸ਼ਾਹ ਆਰਡਰ ਲੈਟਰ ਐਂਡ ਉਰਦੂ ਅਖਬਾਰ, ਇਹ ਜਦੋਂ ਬਾਦਸ਼ਾਹ ਕਿਤੇ ਲੜਾਈ ਕਰਦੇ ਸੀਗੇ ਜਾਂ ਉਹ ਸਮੇਂ ਦੇ ਉਰਦੂ ਦੇ ਅਖਬਾਰ ਨੇ ਇਹ। ਬਾਕੀ ਜਿਹੜੀ ਅਗਲੀ ਆਰਟ ਗੈਲਰੀ ਉਹਦੇ ਵਿੱਚ ਚੱਲਦੇ ਹਾਂ, ਉਹ 'ਚ ਦੇਖਦੇ ਹਾਂ ਆਪਾਂ। ਇਹ ਬੈਟਲ ਆਫ ਸਿਆਲਕੋਟ, ਇਹ ਸਿਆਲਕੋਟ ਦੀ ਲੜਾਈ ਦੀ ਤਸਵੀਰ ਹੈ,
ਦਿਸ ਲੈਟਰ ਇਜ਼ ਸੈਂਟ ਫਰੋਮ ਦੀ ਪੇਸ਼ਾਵਰ ਇਹ ਪੇਸ਼ਾਵਰ ਤੋਂ ਪੇਸ਼ਾਵਰ ਕੈਂਟ ਤੋਂ ਆਇਆ ਸੀ ਨੌਰਥ ਪੱਛਮੀ ਸੀਮਾ ਪ੍ਰਾਂਤ ਦੋਸਤੋ ਇਹ ਨਵੇਂ ਮਿਊਜ਼ੀਅਮ ਦੇ ਵਿੱਚ ਆਏ ਆਪਾਂ ਯਾਦ ਏ ਜਲਿਆ 13 ਅਪ੍ਰੈਲ 1919 ਇਹ ਜਲਿਆਂ ਵਾਲੇ ਬਾਗ ਦਾ ਬਣਿਆ ਹੋਇਆ ਯਾਦ ਏ ਜਲਿਆਂ ਆ ਕੇ ਵੀਡੀਓ ਆ ਗਈ ਇਹਦੀ ਜਿਵੇਂ ਜਿਵੇਂ ਕਿ ਗੈਲਰੀ 'ਚ ਜਾਵਾਂਗੇ ਤੁਹਾਨੂੰ ਅਪਡੇਟ ਦਿੰਦਾ ਮੈਂ ਇਹ ਨੋਟਿਸ ਆ ਜਲਿਆਂ ਵਾਲੇ ਬਾਗ ਮੈਂ ਲੱਗੇ ਇੱਕ ਨੋਟਿਸ ਪਰ ਲਿਖਿਆ ਹੋਇਆ ਸਾਰਾ ਵੀ ਉੱਥੇ ਕਿਵੇਂ ਆ ਜਨਰਲ ਡਾਇਰ ਨੇ ਅੱਤਿਆਚਾਰ ਕੀਤਾ ਸੀਗਾ ਲੋਕਾਂ ਦੇ ਉੱਪਰ ਆਪਣੇ ਆ ਇੱਕ ਛੋਟਾ ਜਿਹਾ ਖੂਹ ਬਣਾਇਆ ਹੋਇਆ ਜਿਵੇਂ ਆਪਣੇ ਜਲਿਆਂ ਵਾਲੇ ਬਾਗ 'ਚ ਖੂਹ ਬਣਿਆ ਹੋਇਆ ਉਹ ਖੂਹ ਦੀ ਕਾਪੀ ਬਣਾਈ ਹੋਈ ਹੈ ਜਿਹਦੇ ਵਿੱਚ ਲੋਕਾਂ ਨੇ ਛਾਲਾਂ ਮਾਰ ਕੇ ਆਪਦੀ ਜਾਨ ਦਿੱਤੀ ਸੀਗੀ ਅਤੇ ਜਿਵੇਂ ਆਪਣੇ ਅੰਮ੍ਰਿਤਸਰ ਸਾਹਿਬ ਬਣਿਆ ਹੋਇਆ ਜਲਿਆਂ ਵਾਲੇ ਬਾਗ ਨਾ ਇੱਕ ਉਹਦੀ ਕਾਪੀ ਬਣਾਈ ਹੋਈ ਹੈ ਜਿਵੇਂ ਛੋਟੀ ਜੀ ਉਹ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਉੱਪਰ ਇਹਦੇ ਇਹ ਆਪਣੇ ਜਿਹੜੇ ਸਿੱਖ ਫੌਜੀ ਸੀਗੇ ਅਲੱਗ ਅਲੱਗ ਫੌਜਾਂ ਦੇ ਵਿੱਚ ਉਹਨਾਂ ਦਾ ਬਣਿਆ ਹੋਇਆ ਇਹ ਸਕਰੀਨ ਬਣੀ ਹੋਈ ਹੈ ਜਿਵੇਂ ਆਪਾਂ ਇਹਨੂੰ ਕਿਤੇ ਵੀ ਇਹ ਚੱਲ ਨਹੀਂ ਰਹੀ ਪਹਿਲਾਂ ਟੱਚ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਸਿੱਖ ਫੌਜੀ ਆਪਣੇ ਜਿਹੜੇ ਫੌਜਾਂ ਸੀਗੇ ਇਹ ਆਪਣੇ ਸਿੱਖ ਸਿਪਾਹੀ ਨੇ ਸਾਰੇ ਜਿਹੜੇ ਸਿੱਖ ਵੀਰ ਸੀਗੇ ਆਪਣੇ ਫੌਜਾਂ ਦੇ ਵਿੱਚ ਇਹ ਤੁਸੀਂ ਪੌਜ਼ ਕਰਕੇ ਦੇਖ ਸਕਦੇ ਹੋ ਇਹ ਮੈਂ ਸ਼ੋਟ ਲੈ ਲਿਆ ਤੁਹਾਡੇ ਵਾਸਤੇ ਦੇਖ ਕੇ ਇਹ ਆਪਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਨਕਸ਼ਾ ਇਹ ਐਂ ਦਰਸਾਇਆ ਗਿਆ ਇਹਦੇ ਵਿੱਚ ਵੀ ਜਲਿਆਂ ਵਾਲਾ ਬਾਗ ਕਿੱਥੇ ਸੀਗਾ ਅਤੇ ਕਿਹੜੇ ਕਿਹੜੇ ਗੇਟ ਬੰਦ ਕਰਤੇ ਸੀਗੇ ਜਨਰਲ ਡਾਇਰ ਨੇ ਆਹ ਜਲਿਆਂ ਵਾਲੇ ਬਾਗ ਦਾ ਨਕਸ਼ਾ ਵੀ ਇੱਥੇ ਸਟੇਜ ਸੀਗੀ ਇੱਥੇ ਆਹ ਸੀ ਇਹ ਜਲਿਆਂ ਵਾਲੇ ਬਾਗ ਤੋਂ ਬਾਅਦ ਜਦੋਂ ਮਾਰਸ਼ਲ ਲਾਅ ਲਾਗੂ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਉਹਦੀ ਇੱਕ ਤਸਵੀਰ ਹੈ ਇਹ ਕਿ ਕਿਵੇਂ ਆਪਣੇ ਸਿੱਖਾਂ ਨੂੰ ਇਹਨਾਂ ਨੇ ਬੇਦਰਦੀ ਨਾਲ ਉਹ ਕੀਤਾ ਸੀ ਆਹ ਸਾਰੀਆਂ ਤਸਵੀਰਾਂ ਨੇ ਆਪਣੀਆਂ ਸਿੱਖਾਂ ਦੀਆਂ ਪੰਜਾਬ ਦੀਆਂ ਆਹ ਗੁਜਰਾਂ ਵਾਲਾ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਆ ਇਹ ਵੀ ਜਿਵੇਂ ਅੰਗਰੇਜ਼ ਵਾਲੇ ਬੇਦਰਦੀ ਨਾਲ ਉਹ ਕਰਦੇ ਸੀਗੇ ਆਹ ਦੇਖੋ ਵੀ ਉਹ ਡਡਾਉਂਤ ਕਰਕੇ ਇਹਦੇ ਚਲਾਉਂਦੇ ਸੀਗੇ ਉਦੋਂ ਰੈੱਡ ਫੋਰਟ ਦਾ ਅੰਦਰਲਾ ਸੀਨ ਆ ਜੀ ਆਪਣਾ ਇੱਧਰ ਇੱਕ ਆ ਤਲਾਬ ਬਣਿਆ ਹੋਇਆ ਹੁਣ ਤਾਂ ਫੁਹਾਰੇ 'ਚ ਲੱਗੇ ਨੇ ਉਹ 'ਚ ਇੱਕ ਉੱਧਰੋਂ ਪਿੱਛੇ ਆ ਹਾਂ ਥੋੜ੍ਹੇ ਜਿਹੇ ਅੱਖਰ ਜ਼ਿਆਦਾ ਬਰੀਕ ਨੇ ਤੁਸੀਂ ਨਾ ਪੌਜ਼ ਕਰਕੇ ਦੇਖ ਸਕਦੇ ਹੋ ਇਹਨੂੰ ਬਾਕੀ ਇੱਧਰ ਆ ਸਮੋਟ ਪਈ ਆ ਇਹਦਾ ਨਾਮ ਹੈ ਸੈਪਰ ਹੈਗਾ ਸਮੋਟ ਆਫ ਨਾਨਾ ਸਾਹਿਬ ਪੇਸ਼ਵਾ ਨਾਨਾ ਸਾਹਿਬ ਪੇਸ਼ਵਾ ਦੀ ਤਲਵਾਰ ਹੈ ਬਾਕੀ ਉੱਧਰੋਂ ਲੱਗਿਆ ਹੋਇਆ ਬਹਾਦਰ ਸ਼ਾਹ ਪਾਊਡਰ ਹਾਰ ਇਹ 1857 ਦੇ ਅਖਬਾਰ ਨੇ ਆਪਣੇ ਆਪਣਾ ਪਾਕਿਸਤਾਨ ਨਾਲੋਂ ਵੰਡ ਤੋਂ ਪਹਿਲਾਂ ਦਾ ਇੰਡੀਆ ਇਹ ਜਿਹੜਾ ਉੱਪਰ ਤੁਸੀਂ ਆਹ ਵਾਈਟ ਵਾਲਾ ਹਿੱਸਾ ਦੇਖ ਰਹੇ ਹੋ ਸਾਰਾ ਇਹ ਆਹ ਸਾਰਾ ਆਪਣਾ ਪੰਜਾਬ ਹੋਇਆ ਕਰਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੀਗੇ ਪੰਜਾਬ 'ਚ ਸਾਰਾ ਆਪਣਾ ਐਡਾ ਬਾਕੀ ਆ ਰਹੇ ਥੋੜ੍ਹਾ ਹਨੇਰਾ ਘੱਟ ਆ ਉਰੇ ਇਹਨਾਂ ਨੇ ਹੈ ਨਾ ਵੀਡੀਓ ਵੀ ਚਲਾਈ ਹੋਈ ਜੇ ਕਿਸੇ ਨੇ ਦੇਖਣੀ ਆ ਔਰ ਲਿਖਿਆ ਵੀ ਰਾਜ ਵੀ ਜਦੋਂ ਇਹਨਾਂ ਨੇ ਰਾਜ ਹੜੱਪਿਆ ਸੀਗਾ ਅੰਗਰੇਜ਼ਾਂ ਨੇ ਬਾਕੀ ਇਹਨਾਂ ਮੈਨੂੰ ਵੀ ਨਹੀਂ ਪਤਾ ਮੈਂ ਪੜ੍ਹਿਆ ਪੜ੍ਹਿਆ ਨਹੀਂ ਹੈਗਾ ਇਹਦੇ ਬਾਰੇ ਇੰਨਾ ਤੁਸੀਂ ਪੌਜ਼ ਕਰਕੇ ਦੇਖ ਸਕਦੇ ਹੋ ਆ
ਆਹ ਮੈਪ ਆ ਜੀ ਸ਼ਹਿਨਾਬਾਦ ਦਾ, ਉਹ ਜਿਹੜਾ ਤੁਹਾਨੂੰ ਪਰਾਂ ਹੀ ਦੇ ਉੱਤੇ ਦੂਜੇ ਪਾਸੇ ਦਿਖਾਇਆ ਸੀਗਾ ਜੀ। ਆਹ ਪੈੱਨ ਹੋਲਡਰ ਆ ਜਿਹਦੇ ਵਿੱਚ ਪੈੱਨ ਪਾ ਕੇ ਰੱਖਦੇ ਹਾਂ ਆਪਾਂ ਬਹਾਦਰ ਸ਼ਾਹ ਜ਼ਫਰ ਦਾ। ਆਹ ਤੀਰ ਕਮਾਨ ਤੁਹਾਨੂੰ ਦਿਖਾਇਆ ਸੀਗਾ ਉੱਧਰ ਦੀ। ਕੁਈਨ ਆਫ ਗੋਲੀਅਰ, ਗੋਲੀਅਰ ਦੀ ਰਾਣੀ। ਬਾਕੀ ਹੁਣ ਅੱਗੇ ਗੈਲਰੀ ਨੰਬਰ 2 ਆ ਗਈ, 3 ਮਿਲਣਾ ਤਾਂ ਐਗਜ਼ਿਟ ਆ ਉਰੇ ਨਹੀਂ, 4 ਨੰਬਰ 9 ਨੰਬਰ ਹੈਗੇ ਗੈਲਰੀ। ਉੱਪਰ ਜਾਂਦੇ ਹਾਂ, ਉੱਪਰ ਜਾ ਕੇ ਦਿਖਾਉਣਾ ਹੁਣ ਤੁਹਾਨੂੰ ਮੈਂ। ਆਹ ਪੌੜੀਆਂ ਜਾਂਦੀਆਂ ਉੱਪਰ ਉਰੇ, ਆਪਾਂ ਉੱਪਰ ਦੂਜੇ ਗੈਲਰੀ ਚਾੜੇ ਸੀਗੇ। ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਆ ਕਿ ਜਿਹੜਾ ਥੱਲੇ ਆ ਫਰਸ਼ ਲੱਗਿਆ ਹੋਇਆ ਨਾ, ਇਹ ਸਾਰਾ ਲੱਕੜ ਦਾ, ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲਾਉਂਦੇ ਸੀਗੇ ਰਾਜੇ ਮਹਾਰਾਜੇ ਛੱਤ ਲੱਕੜ ਦੀ। ਇਹ ਸਾਰੀਆਂ ਫੱਟੀਆਂ ਲੱਗੀਆਂ ਹੋਈਆਂ ਨੇ ਜੀ, ਇਹਦੇ ਵਿੱਚ ਕੋਈ ਪੱਥਰ ਨਹੀਂ ਯੂਜ਼ ਕੀਤਾ, ਕੁਛ ਨਹੀਂ ਕੀਤਾ ਹੋਇਆ, ਸਾਰਾ ਲੱਕੜ ਦਾ ਬਣਿਆ ਹੋਇਆ। ਹੁਣ ਅੱਗੇ ਆਪਾਂ ਗੈਲਰੀ 'ਚ ਜਾ ਰਹੇ ਹਾਂ। ਆਹ ਗੈਲਰੀ ਦੇ ਵਿੱਚ ਤੁਹਾਨੂੰ ਦਿਖਾਉਣਾ ਮੈਂ, ਜਿਵੇਂ ਬਕਰੀਦ ਕਿਚਨ ਹਮਲਾ ਅਟੈਕ ਆਨ ਦੀ ਡੇ ਆਫ ਬਕਰੀਦ। ਥੋੜ੍ਹਾ ਜਿਹਾ ਰਸ਼ ਵੱਧ, ਰਸ਼ ਜ਼ਿਆਦਾ ਹੋਣ ਕਰਕੇ ਨਾ ਥੋੜ੍ਹਾ ਜਿਹਾ ਉਹਦੇ ਕਰਕੇ ਵੀਡੀਓ ਪ੍ਰੋਪਰ ਨਹੀਂ ਆ ਰਹੀ। 1857 11 ਮਈ ਦਿੱਲੀ, ਬਹਾਦਰ ਸ਼ਾਹ ਜ਼ਫਰ। ਬਾਕੀ ਸਰ ਪੜ੍ਹਦੇ ਸਰ ਤੋਂ ਪੁੱਛਾਂਗੇ ਨੇ ਕੀ ਪੜ੍ਹਿਆ ਫਿਰ ਹੁਣ। ਇਹ ਬਹਾਦਰ ਸ਼ਾਹ ਜ਼ਫਰ ਦੀ ਤਲਵਾਰ ਆ ਅਤੇ ਉਹਦੀ ਮਿਆਨ ਆ। ਬਾਕੀ ਆ ਜਾਓ ਤੁਹਾਨੂੰ ਅੱਗੇ ਦਿਖਾਉਣਾ ਮੈਂ। ਇਹ ਗਾਊਨ ਆਫ ਬਹਾਦਰ ਸ਼ਾਹ ਜ਼ਫਰ, ਇਹ ਬਹਾਦਰ ਸ਼ਾਹ ਜ਼ਫਰ ਦੇ ਕੱਪੜੇ ਨੇ। ਹੁਣ ਤਾਂ ਕਮੀਜ਼ ਆ ਗਿਆ, ਉਹ ਪਿੱਛੇ ਸਲਵਾਰ ਪਈ ਆ ਉਹਦੀ, ਸਲਵਾਰ ਲਾ ਲਓ ਜਾਂ ਧੋਤੀ ਲਾ ਲਓ ਕੁਛ। ਛੱਤ ਦੇਖੋ ਸਾਰੀ ਪੁਰਾਣੀ ਬਣੀ ਹੋਈ ਹੈ। ਆ ਜਦੋਂ ਦਿੱਲੀ 'ਤੇ ਕਬਜ਼ਾ ਹੋਇਆ, ਕੈਪਚਰ ਆਫ ਦਿੱਲੀ। ਇਹ ਵਲੌਗ ਮੈਨੂੰ ਲੱਗਦਾ ਨਾ ਕਾਫੀ ਲੰਬਾ ਚੱਲਿਆ ਜਾਊਗਾ ਇਹ, ਕਿਉਂਕਿ ਚੀਜ਼ਾਂ ਬਹੁਤ ਸਾਰੀਆਂ ਨੇ ਦੇਖਣ ਨੂੰ। ਜੇ ਆਪਾਂ ਜਾਈਏ ਹਲੇ ਵੀ, ਜੇ ਮੈਂ ਚਾਹੁੰਦਾ ਬਨਾਨਾਗਰ ਦੇ 20-25 ਮਿੰਟ ਇਹਦੇ ਵਿੱਚ ਹੋਰ ਐਡ ਹੋ ਸਕਦੇ ਸੀਗੇ। ਇਹ ਮੈਂ ਪੂਰਾ ਸ਼ੋਰਟ ਤੋਂ ਸ਼ੋਰਟ ਕਰਕੇ ਤੁਹਾਨੂੰ ਸਾਰਾ ਵੀ ਇਕੱਲੀ ਇਕੱਲੀ ਡਿਟੇਲ ਦੇ ਵਿੱਚ ਜਾਣਕਾਰੀ ਵੀ ਇਕੱਲੀ ਇਕੱਲੀ ਚੀਜ਼ ਤੁਸੀਂ ਪੌਜ਼ ਕਰਕੇ ਪੜ੍ਹ ਸਕਦੇ ਹੋ ਨਾ। ਆ ਬਾਦਸ਼ਾਹ ਸੇ ਕੈਦੀ ਤੱਕ, ਜਦੋਂ ਬਾਦਸ਼ਾਹ ਸੀਗਾ ਉਹਨੂੰ ਕੈਦੀ ਬਣਾਇਆ ਸੀ, ਫਿਰ ਬਾਦਸ਼ਾਹ ਤੋਂ ਲੜਦੇ ਹੋਏ ਆਪਣੀ ਜਾਨ ਨਛਾਵਰ ਕਰੋ ਔਰ ਇੱਕ ਅਮਿਟ ਨਾਮ ਛੋੜ ਜਾਓ, ਡਾਇ ਫਾਈਟਿੰਗ। ਅੱਗੇ ਦਿੱਲੀ ਕੇ ਗੱਦਾਰ, ਟ੍ਰੇਟਰਸ ਆਫ ਦਿੱਲੀ। ਇਹ ਵੀ ਜਦੋਂ ਗੱਦਾਰ ਹੁੰਦੇ ਨੇ, ਜਿਵੇਂ ਆਪਣੇ ਸਿੱਖ ਕੌਮ 'ਚੋਂ ਵੀ ਕੁਛ ਹੈਗੇ ਸੀਗੇ, ਜਿਹਨਾਂ ਕਰਕੇ ਸਿੱਖ ਕੌਮ ਦਾ ਐਡਾ ਰਾਜ ਖਤਮ ਹੋ ਗਿਆ। ਇਹ ਜੋ ਦਿੱਲੀ 'ਤੇ ਕਬਜ਼ਾ ਹੋਇਆ ਸਾਰਾ, ਇਹ ਉਰਦੂ ਹੁਣ ਆਪਾਂ ਨੂੰ। ਇਹ ਵੀ ਉੱਥੇ ਲਿਖਿਆ ਹੋਊਗਾ ਕੀ ਬਣਿਆ ਹੋਇਆ, ਇਹ ਇੱਥੇ ਲਿਖਿਆ ਹੋਇਆ ਇਹ ਮੋਤੀ ਮਸਜਿਦ ਅਤੇ ਹਮਾਮ ਹਯਾਤ ਬਖਸ਼। ਇਹ ਮੁਸਲਮਾਨਾਂ ਵਾਲੀ ਨਾਮ ਨੇ ਸਾਰੇ। ਉਹ ਜਿਹੜਾ ਉੱਧਰ ਤੁਹਾਨੂੰ ਦੱਸ ਰਹੀ ਜਿੱਥੇ ਸ਼ਾਵਰ ਲੱਗਾ, ਉਹਦਾ ਨਾਮ ਹਯਾਤ ਬਖਸ਼ ਆ। ਇੱਧਰ ਜਿਹੜਾ ਇਹਨਾਂ ਨੇ ਦੱਸਿਆ ਹਯਾਮ, ਉਹ ਚੀਜ਼ ਬਣੀ ਹੋਈ ਹੈ, ਇਹ ਮਸਜਿਦ ਬਣੀ ਹੋਈ ਆ ਉਹ ਮਸਜਿਦ ਆ ਮੈਨੂੰ ਲੱਗਦਾ ਉੱਧਰ।
ਜਿਹੜੀ ਪੁਰਾਣੀ ਬਣੀ ਹੋਈ ਆ। ਆ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਕਿ ਹਮਾਮ, ਉਹਦੇ ਬਾਰੇ ਲਿਖਿਆ ਹੋਇਆ ਇਹ। ਆ ਇੰਗਲਿਸ਼ 'ਚ ਲਿਖਿਆ ਹੋਇਆ ਇਹਦੇ ਬਾਰੇ। ਆ ਹਮਾਮ ਆ, ਇਹ ਮੰਨੋ ਉੱਦਾਂ ਹੀ ਆ ਜਿਵੇਂ ਤਾਜ ਮਹਿਲ ਦੇ ਵਿੱਚ ਬਣਿਆ ਹੋਇਆ ਨਾ ਉਹ। ਜੇ ਤੁਸੀਂ ਆਹ ਚਿੱਤਰਕਾਰੀ ਦੇਖੋ, ਹਾਲੇ ਕਿੰਨੀ ਸੋਹਣੀ ਕੀਤੀ ਹੋਈ ਆ ਪੱਥਰਾਂ ਦੇ ਉੱਪਰ। ਆਹ ਦੇਖੋ ਹਾਲੇ ਵੀ ਇਹੋ ਜਿਹੀ ਚਿੱਤਰਕਾਰੀ, ਕਮਾਲ ਹੀ ਗੱਲਬਾਤ ਆ। ਜਿਹੜਾ ਬੰਦਾ ਕੋਈ ਦੀਵਾਨਾ ਇਹਦਾ, ਉਹਨੂੰ ਪਤਾ ਲੱਗ ਸਕਦਾ ਵੀ ਕੀ ਆ ਕੀ ਨਹੀਂ। ਆ ਤੁਹਾਨੂੰ ਛੱਤ ਦੇ ਉੱਪਰ ਦਿਖਾਉਣਾ ਮੈਂ। ਆਹ ਦੇਖੋ ਜਿਹੜੀ ਅੰਦਰ ਪੱਥਰਾਂ ਦੇ ਉੱਪਰ, ਉਹ ਦੇਖੋ ਫੁੱਲ ਬਣੇ ਹੋਏ ਨੇ, ਕਿਆ ਬਾਤ। ਇਹ ਆਪਣੀ ਦੋਸਤੋ ਉਹ ਜਗ੍ਹਾ ਜਿੱਥੇ ਰਾਜਾ ਬਹਿੰਦਾ ਹੁੰਦਾ ਸੀਗਾ। ਇੱਥੇ ਬੈਠ ਕੇ ਜਿਵੇਂ ਕੋਈ ਜਨਤਾ ਦੇ ਫੈਸਲੇ ਕਰਨੇ ਕਿਸੇ ਦੇ, ਉਹ ਚੀਜ਼ ਆ। ਇਹ ਦੋ ਬਣੇ ਹੋਏ ਨੇ, ਇੱਕ ਦੀਵਾਨੇ ਖਾਸ ਆ, ਇੱਕ ਦੀਵਾਨੇ ਆਮ ਆ। ਦੀਵਾਨੇ ਖਾਸ ਦੇ ਵਿੱਚ ਤਾਂ ਜਿਵੇਂ ਕੋਈ ਖਾਸ ਬੰਦਾ ਆਉਂਦਾ ਸੀਗਾ ਉਹ ਬਹਿੰਦੇ ਸੀਗੇ, ਜਿਹੜਾ ਦੀਵਾਨੇ ਆਮ ਆ ਜਿਵੇਂ ਆਪਣੀ ਆਮ ਪਬਲਿਕ ਹੁੰਦੀ ਸੀ ਉਹਨਾਂ ਵਾਸਤੇ ਸੀ ਇਹ। ਉਹ ਇੱਧਰੋਂ ਐਂਟਰੀ ਹੁੰਦੀ ਆ ਉੱਥੋਂ ਇਹਦੀ ਆਪਣੀ। ਦੋਸਤੋ ਆਹ ਰੈੱਡ ਫੋਰਟ ਦੇਖ ਲਿਆ, ਨਾਲੇ ਤੁਹਾਨੂੰ ਦਿਖਾਇਆ। ਹੁਣ ਅਸੀਂ ਇੱਥੋਂ ਐਗਜ਼ਿਟ ਕਰਨ ਲੱਗੇ ਹਾਂ, ਜਿੱਧਰੋਂ ਆਪਾਂ ਆਏ ਸੀਗੇ ਉੱਧਰ ਦੇ ਬਾਹਰ ਜਾਣਾ ਆਪਾਂ ਨੇ। ਉਹ ਜਿਹੜਾ ਮੀਨਾ ਬਾਜ਼ਾਰ ਤੁਹਾਨੂੰ ਦਿਖਾਇਆ ਸੀ, ਉਹ ਤੁਸੀਂ ਦੇਖਿਆ ਰੈੱਡ ਫੋਰਟ ਅੱਜ ਮੇਰੇ ਨਾਲ। ਅੰਦਰ ਹਾਲੇ ਕੋਈ ਲੱਗਿਆ ਨਹੀਂ ਮੈਨੂੰ, ਐਡੀ ਵੀ ਖਾਸ ਚੀਜ਼ ਦੇਖਣ ਵਾਲੀ ਸੀਗੀ ਇਹਦੇ ਅੰਦਰ। ਤੁਹਾਨੂੰ ਸਹੀ ਗੱਲ ਦੱਸਾਂ ਤਾਂ ਮੈਂ, ਜਿਵੇਂ ਜੈਪੁਰ ਦੇ ਵਿੱਚ ਜਾਂ ਜੋਧਪੁਰ ਦੇ ਵਿੱਚ ਕਿਲੇ ਨੇ ਆਪਣੇ, ਉੱਥੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਦੇਖਣ ਵਾਲੀਆਂ। ਇੱਥੇ ਕੋਈ ਐਡੀ ਖਾਸ ਗੱਲਬਾਤ ਹੈ ਨਹੀਂ ਸੀ, ਚਲੋ ਫਿਰ ਵੀ ਬਹੁਤ ਸੋਹਣਾ ਸੀਗਾ ਦੇਖਣ ਨੂੰ। ਕਲਾਕ੍ਰਿਤੀਆਂ ਬਹੁਤ ਸੋਹਣੀਆਂ ਲੱਗੀਆਂ ਦੇਖਣ ਨੂੰ, ਪੁਰਾਣਾ ਆਰਕੀਟੈਕਚਰ ਆਪਣਾ ਜਿਹੜਾ ਬਣਿਆ ਹੋਇਆ। ਸੋ ਮਿਲਦੇ ਹੁਣ ਕਿਸੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਜਲਦ ਹੀ। ਸੋ ਮੇਰੇ ਇਸ ਬਲੌਗ ਨੂੰ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਿਓ ਜੀ, ਅਤੇ ਨਾਲ ਲੱਗੇ ਜਿਹੜਾ ਬੈੱਲ ਆਈਕਨ ਉਹਨੂੰ ਪ੍ਰੈਸ ਕਰ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਜਲਦ ਹੀ ਮਿਲ ਸਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।